ਇਹ ਕੀ ਕਰਨ ਲੱਗੀ ਤੂੰ ਸਬਜ਼ੀ ਕੀ ਦੁਕਾਨ ਲਾਉਣੀ ਹੈ ਸਾਰੀਆਂ ਸਬਜ਼ੀਆਂ ਰੱਖ ਕੇ ਇੱਥੇ ਸਬਜ਼ੀਆਂ ਵੇਚਣੀਆਂ ਨੇ ਕੀ ਗੱਲ ਹੋ ਗਈ ਇਹਨੇ ਮੜ ਦੇਣਾ ਹੈ ਮੜ ਦੇਣਾ ਹੋਵੇ ਤਾਂ ਤਾਂ ਤੇ ਚੰਗਾ ਸਬਜ਼ੀ ਸਬਜ਼ੀ ਪਾਣੀ ਤਾਂ ਕਰੀਏ ਰਾਤ ਦੀ ਦਾ ਨਹੀਂ ਤਾਂ ਕੋਈ ਕੱਟ ਤਾਂ ਤੂੰ ਤਾਂ ਸਾਰੀਆਂ ਕੱਟਣ ਲੱਗੀ ਮੈਨੂੰ ਵੀ ਕਰਨਾ ਕੀ ਆ ਮੈਨੂੰ ਸਮਝ ਨਹੀਂ ਆਉਂਦੀ ਵਿੱਚ ਹੀ ਭਿੰਡੀਆਂ ਵਿੱਚ ਹੀ ਗਾਜਰਾਂ ਵਿੱਚ ਹੀ ਬੈਂਗਣ ਆਲੂ ਪਿਆਜ ਕੀ ਬਣ ਕੀ ਰਿਹਾ ਅੱਜ ਮਤਲਬ ਅੱਜ ਬਣੀ ਮਿਕਸ ਵੈਜ ਮੈਂ ਅੱਜ ਕੀ ਗੱਲ ਹੈ ਇਨੀ ਇਨੀ ਮਿਹਰਬਾਨੀ ਹੋ ਰਹੀ ਹੈ ਅੱਜ ਕੀ ਚੱਕਰ ਕੀ ਹੈ ਮੇਰਾ ਆਪਦਾ ਜੀ ਕਰਦਾ ਸੀ ਹਾਂ ਮਿਹਰਬਾਨੀ ਹੈ ਕੀ ਗੱਲ ਮੈਂ ਕਿਹਾ ਸਬਜ਼ੀਆਂ ਪਈਆਂ ਨੇ ਸਾਰੀਆਂ ਹਜੇ ਕਰੇਲੇ ਨਹੀਂ ਹੈ ਕਿ ਕਰੇਲੇ ਵੀ ਨਹੀਂ ਵਿੱਚ ਪਾ ਦਿਓ ਹੁੰਦਾ ਵਧੀਆ ਲੱਗਦੇ ਆ ਕੱਦਾ ਹੁੰਦਾ ਤਾਂ ਵਿੱਚ ਪਾ ਦਿੰਦੇ ਕਿ ਪਰ ਚੱਲ ਹੁਣ ਹੈ ਨਹੀਂ ਜਦ ਕੋਈ ਅੱਜ ਆਪਾਂ ਨੂੰ ਕੋਈ ਨਵਾਂ ਪਕਵਾਨ ਮਿਲਣਾ ਜੀ ਰਾਤ ਨੂੰ ਡਿਨਰ 'ਚ ਮਿਕਸ ਵੈਜ ਫਿਰ ਆਪਾਂ ਵੀਡੀਓ 'ਚ ਰੈਸਿਪੀ ਪਾ ਦਿੰਦੇ ਹਾਂ ਜੀ ਭਿੰਡੀਆਂ ਆਪਾਂ ਕੱਟ ਲਈਆਂ ਜੀ ਲੰਮੀਆਂ ਲੰਮੀਆਂ ਕੱਟਣੀਆਂ ਸੀ ਇਹਨੀਆਂ ਹਾਂਜੀ ਆਪਾਂ ਸਾਰੀਆਂ ਸਬਜ਼ੀਆਂ ਕੱਟ ਲਈਆਂ ਨੇ ਜੀ ਜਿਹੜੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਅਤੇ ਹੁਣ ਆਪਾਂ ਕਰਾਂਗੇ ਸਟਾਰਟ ਅਤੇ ਸ਼ਿਮਲਾ ਮਿਰਚ ਕੱਟ ਲਈ ਸੀ ਜੀ ਬੈਂਗਣ ਕੱਟ ਲਏ ਸੀ ਭਿੰਡੀਆਂ ਕੱਟ ਲਈਆਂ ਸੀ ਇੱਧਰ ਗਾਜਰ ਅਤੇ ਆਲੂ ਚਲੋ ਡੀਪ ਫਰਾਈ ਕਰਦੇ ਆ ਜੀ ਪਹਿਲਾਂ ਆਪਾਂ ਸਾਰੀਆਂ ਸਬਜ਼ੀਆਂ ਨੂੰ ਸੋਫਟ ਕਰਨੀ ਹੈ ਅੱਛਾ ਕਿੱਦਾਂ ਹੜਾ ਹਲਵਾਈਆਂ ਵਾਂਗ ਤੂੰ ਕੜਛੀ ਚਲਾਉਣੀ ਆ ਪਿਆਜ ਲਸਣ ਤੇ ਅਦਰਕ ਛਿੱਲ ਕੇ ਤੇ ਕੱਟ ਕੇ ਤੇ ਧੋ ਲਿਆ ਟਮਾਟਰ ਮੈਂ ਧੋ ਲਏ ਹੈ ਤੇ ਇਹਨਾਂ ਨੂੰ ਵੀ ਬਸ ਆਪਾਂ ਇਹਦੇ ਵਿੱਚ ਹੀ ਏਦਾਂ ਹੀ ਕੱਟ ਦੇਣਾ ਗਾ ਉਹਦੇ 'ਚ ਚਮਚਾ ਤੇਲ ਪਾ ਦੇਣਾ ਗਲਤੀ ਨਾ ਕਰਿਆ ਕਰੋ ਜੀ ਜੇ ਤੁਹਾਨੂੰ ਬਣਾਉਣੀ ਆਉਂਦੀ ਵੀ ਆ ਇੱਕ ਵਾਰੀ ਤੁਸੀਂ ਬਣਾ ਕੇ ਖਵਾਤੀ ਤੇ ਫਿਰ ਤੁਹਾਨੂੰ ਬਾਰ ਬਾਰ ਬਣਾਉਣਾ ਪੈਣਾ ਬੈਂਗਣਾ ਦੀ ਜਿਹੜਾ ਬੰਦਾ ਬਾਹਰ ਆ ਗਿਆ ਦੋ ਚਾਰ ਸਾਲ ਬਾਹਰ ਲਾ ਲਏ ਉਹਨੂੰ ਸਾਰਾ ਕੁਝ ਬਣਾਉਣਾ ਹੁੰਦਾ ਆ ਹੀ ਜਾਂਦਾ ਤਕਰੀਬਨ
मैं तो चलो अपन तो फिर भी किन्ने साल हो गए ने, 2-4 साल तक तो तंदूरी रोटी वाला ही तंदूरी लो जी। बैंगन भी ऑलमोस्ट अपने फ्राई हो गए ने, उधर अपना तड़का वो भी फ्राई हो गया है। ਬਸ ਤੇ 5 ਮਿੰਟ ਹੀ ਰੱਖਣਾ ਸੀ। ਹਾਂਜੀ ਬਸ ਉਹਨੇ ਵੀ ਠੰਡਾ ਹੋਣ ਤੋਂ ਬਾਕੀ ਕਰ ਦਿੱਤਾ। ਪੱਕ ਗਿਆ ਨਾ ਬਸ। ਇੱਧਰ ਹੋ ਗਏ ਆਪਣੇ ਬੈਂਗਣ ਵੀ ਤਿਆਰ। ਆਲੂ ਜੀ ਗਾਜਰਾਂ ਤੇ ਆਲੂ ਵੀ ਆ ਗਏ। ਬਸਾ ਲਾਸਟ ਤੱਕ ਇਸ ਤੋਂ ਬਾਅਦ ਰਹਿੰਦਾ ਬਸ ਗੋਭੀ ਹੋ ਗਈ। ਲਓ ਜੀ ਗਾਜਰਾਂ ਤੇ ਆਲੂ ਵੀ ਆਪਣੇ ਰੈਡੀ ਨੇ, ਇਹ ਵੀ ਆਪਾਂ ਕੱਢ ਲਾਂਗੇ ਹੁਣ। ਲਓ ਗਾਜਰਾਂ ਤਾਂ ਫਰਾਈ ਹੋ ਗਈਆਂ ਨੇ, ਜਿਹੜੀ ਤੁਸੀਂ ਰੈਸਪੀ ਕਹਿੰਦੇ ਉਹ ਵੀ ਕਰਕੇ ਦੇਖ ਲਓ। ਸੋ 1 2 3 4 5 ਪੰਜ ਤਰ੍ਹਾਂ ਦੇ ਪਕਵਾਨ ਰੈਡੀ ਆ। ਹੁਣ ਵਾਰੀ ਹੈ ਜੀ ਗੋਭੀ ਦੀ, ਗੋਭੀ ਦੀ ਵਾਰੀ ਆਈ ਹੈ ਲਾਸਟ 'ਚ। ਇੱਧਰ ਆਪਾਂ ਕਰਾਂਗੇ ਕਿ ਤੜਕਾ ਜਿਹੜਾ ਆਪਾਂ ਭੁੰਨਿਆ ਸੀਗਾ ਉਹਨੂੰ ਗ੍ਰਾਇੰਡ ਕਰ ਲਾਂਗੇ। ਸੋ ਗੋਭੀ ਵੀ ਆਪਣੀ ਹੋ ਗਈ ਹੈ ਜੀ ਫਰਾਈ, ਸਬਜ਼ੀਆਂ ਆਪਾਂ ਸਾਰੀਆਂ ਫਰਾਈ ਕਰ ਲਈਆਂ ਨੇ। ਬਸ ਨੈਕਸਟ ਸਟੈਪ ਹੁਣ ਆਪਾਂ ਨਾ 2-3 ਕੱਪ ਪਿਆਜ਼ ਜਿੱਦਾਂ ਮੋਟੇ ਮੋਟੇ ਤੇ ਕੱਟ ਰਹੇ ਹਾਂ ਵਿੱਚ ਚੀਰਾ ਦੇ ਦੇਈਏ ਬਸ। ਓਕੇ 2-4 ਪਿਆਜ਼ ਐਵੇਂ ਹੀ ਬਸ, ਕੋਈ ਖਾਸ ਸ਼ੇਪ ਨਹੀਂ ਹੈਗੀ, ਮੋਟਾ ਪਤਲਾ ਜਿੱਦਾਂ ਮਰਜ਼ੀ ਜਿੱਦਾਂ ਤੁਹਾਡਾ ਠੀਕ ਲੱਗਦਾ। ਹੂੰ ਹੂੰ ਅੱਗੇ ਥੋੜਾ ਜਿਹਾ ਘਿਓ ਪਾ ਲਾਂਗੇ, ਧਿਆਨ ਨਾਲ ਕਿਉਂਕਿ ਉਹ ਗਰਮ ਆ। प्याज कटे सी ना 2-3 ਥੋੜੇ ਜਿਹੇ ਭੁੰਨੇ ਜਾਣ, ਇਸ ਤੋਂ ਬਾਅਦ ਪਾ ਦਿਓ ਜਿਹੜਾ ਆਪਾਂ ਉਹ ਮਸਾਲਾ ਗ੍ਰਾਇੰਡ ਕੀਤਾ ਸੀਗਾ ਨਾ ਉਹ ਪਾ ਦਿਓ। ਹੁਣ ਇਹਨੂੰ ਨਾ ਚੰਗੀ ਤਰ੍ਹਾਂ ਲਾਲ ਕਰਨਾ ਵਾ ਆਪਾਂ, ਠੀਕ ਆ। ਤੇ ਉਹਨੇ ਆਪਾਂ ਨਾ ਹਰੀ ਮਿਰਚ ਕੱਟ ਕੇ ਪਾ ਲੈਣੀ ਆ, ਜੇ ਪਾਉਣੀ ਆ ਪਾ ਲਓ, ਨਹੀਂ ਵੀ ਪਾਉਣੀ ਤਾਂ ਵੀ ਤੁਹਾਡੀ ਮਰਜ਼ੀ। ਤੋ ਮਸਾਲਾ ਆਪਣਾ ਤਿਆਰ ਆ ਜੀ, ਹੋ ਗਿਆ ਰੈਡੀ ਆ। ਹੁਣ ਕੀ ਪਾਉਣਾ ਤੇ ਵਿੱਚ ਨਮਕ ਮਿਰਚ ਪਾਉਣਾ? ਅੱਧਾ ਕੁ ਤਿਆਰ ਹੋ ਗਿਆ ਪੂਰਾ, ਕਿ ਹੁਣ ਨਮਕ ਮਿਰਚ ਪਾ ਕੇ ਵਿੱਚ ਫੇਰ ਤੋਂ ਨਮਕ ਪਾਉਣਾ।
एग्जॉस्ट ऑन करना सी पर वीडियो च फिर ना आवाज प्रॉब्लम हो जानी है, इस करके सारना पैना। इदा ही नमक पाता, गरम मसाला, हल्दी। किचन किंग मसाला, हरी मिर्च बथेरी पाती सी, देगी मिर्च सोच ली नाल थोड़ी जी पाऊंगी बस। ठीक है, हम आते हैं ना दो तो तीन मिनट हम मिक्स वेल, दो तो तीन मिनट हम आते हैं मसाले जी करांगे बस बच्चे कोल दे जाओ पक जा मतलब इन कहना नहीं मतलब मसाले अपने भुन गए ने यार देखो मसाला ले गया ना बिल्कुल चलो पानी पा दो बस सब्जियां ने उन्होंने देख लो भी कोई जो थोन लगती है कच्ची रह गई आप मटर पा सकते फिर उन्हें उन्नी क बन जाना सी बाकी फिर पा देना सी अपना पर अपनिया सारिया बनिया हुई अपन कोई लोड़ नहीं होगी अपन कठिया ही पा देंगे क्योंकि सारिया बनिया हुई ने जे कोई कच्ची रह जाए बाई चांस पहला कट ती आप बाई मिसटेक या कुछ इदा वा दोबारा तेल चुकाने की लड़ नहीं हैगी कि हम पहला पा दौ मटर के नाल या ओदा इन हिलाना बहुत ध्यान क्योंकि सब्जियां ऑलरेडी बनिया हुई ने इस गल का ध्यान रखना हिलाने लगे भी सब्जियां घुल ना जान बिच। चलो जी ये अपना हो गया हम सारा मिक्स लुकिंग गुड हम बस इस पानी पुनी नहीं पाना है ना मैं तो ऐसे करवाना जी बन गई अजी हो रहा टाइम लगना क्या होगा मैच हो गया बस बंद करता मैं तो गैस ऑन लगाता ना 10 मिनट बस एक बस 5 मिनट ही लगाया ना 5 मिनट से खत्म। हां जी हां जी बढ़िया हुई सी सब्जियां बढ़िया सी मसाला अड बना लिया सीगा फिर अभी की गया सी सारा कुछ तो ओके। लो जी साडी मिक्स वेज बन के तैयार है तुसी भी ट्राई करो ते वधिया लगता वधिया रही है बाकी टेस्ट करके देखो कुंभा भी पा सकदे हो तुसी अपनी मर्जी दी सब्जी पा सकदे हो जेडी थोड़ा दिल करता हो या मतलब कल कभी घर छोट काट कोई सब्जी काट हुंदी आ ते बंदा दो तीन सब्जी मिक्स करके मर्जी है जो मर्जी पाओ जो मर्जी ना पाओ इते विच बड़ा वधिया बन गया ते अज करांगे एंजॉय अपन डिनर ते अपनी बन गई है जी मिक्स वेज ते तुसी भी जरूर ट्राई करो अपने घर च वधिया लग रही है ते वीडियो जे चंगी लगे ते लाइक कर दो सब्सक्राइब कर दो शेयर कर दो ते आपा मिलते हैं जी अगले किसी ब्लॉग च बाय।